ਭਾਜਪਾ ਦੇ ਸੀਨੀਅਰ ਲੀਡਰ ਦੀ ਇੱਕ ਵਾਰ ਫਿਰ ਤੋਂ ਮੁਸ਼ਕਲਾਂ ਵੱਧਦੀਆਂ ਦੇਖੀਆਂ ਜਾ ਸਕਦੀਆਂ ਨੇ ਤਾਂ ਦੱਸ ਦਈਏ ਕਿ ਭਾਜਪਾ ਦੇ ਸੀਨੀਅਰ ਲੀਡਰ ਅਰਵਿੰਦ ਖੰਨਾ ਨੂੰ ਈਡੀ ਵੱਲੋਂ ਇੱਕ ਵਾਰ ਫਿਰ ਤੋਂ ਸੰਮਨ ਭੇਜ ਦਿੱਤਾ ਗਿਆ। ਤਾਂ ਦੱਸ ਦਈਏ ਭਾਜਪਾ ਪੰਜਾਬ ਭਾਜਪਾ ਦੇ ਲੀਡਰ ਦੋ ਵਾਰ ਦੇ ਸਾਬਕਾ ਵਿਧਾਇਕ ਅਤੇ ਪੰਜਾਬ ਭਾਜਪਾ ਦੇ ਸੀਨੀਅਰ ਮੀਤ ਪ੍ਰਧਾਨ ਅਰਵਿੰਦ ਖੰਨਾ ਨੂੰ ਈਡੀ ਦੀ ਰਡਾਰ 'ਤੇ ਦੇਖਿਆ ਜਾ ਸਕਦਾ ਹੈ, ਜਿਸ ਦੇ ਚੱਲਦੇ ਅਰਵਿੰਦ ਖੰਨਾ ਨੂੰ ਈਡੀ ਵੱਲੋਂ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਗਿਆ। ਤਾਂ ਜਿਸ 'ਚ ਉਹਨਾਂ ਨੂੰ ਈਡੀ ਨੇ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਤਹਿਤ 30 ਜਨਵਰੀ ਨੂੰ ਪੇਸ਼ ਹੋਣ ਲਈ ਤਲਬ ਕੀਤਾ। ਤਾਂ ਪਹਿਲਾਂ ਵੀ ਈਡੀ ਨੇ ਈਡੀ ਦੋ ਵਾਰ ਸੰਮਨ ਦੇ ਚੁੱਕੀ ਹੈ, ਜਿਸ ਦੇ ਚੱਲਦੇ ਹੀ ਦੂਜੀ ਵਾਰ ਸੰਮਨ ਹੋਣ ਦਿੱਤਾ ਗਿਆ, ਜੋ ਕਿ 30 ਜਨਵਰੀ ਨੂੰ ਪੇਸ਼ ਹੋਣ ਦੇ ਲਈ ਕਹਿ ਦਿੱਤਾ ਗਿਆ। ਤਾਂ ਪਹਿਲੀ ਵਾਰ ਜਦੋਂ ਸੰਮਨ ਦਿੱਤਾ ਗਿਆ ਸੀਗਾ ਉਸ ਵੇਲੇ 15 ਜਨਵਰੀ ਨੂੰ ਪੇਸ਼ ਹੋਣ ਦੇ ਲਈ ਈਡੀ ਵੱਲੋਂ ਕਿਹਾ ਗਿਆ ਸੀ, 6 ਜਨਵਰੀ ਨੂੰ ਨੋਟਿਸ ਭੇਜਿਆ ਗਿਆ ਸੀਗਾ ਅਤੇ 15 ਜਨਵਰੀ ਨੂੰ ਤਲਬ ਹੋਣ ਲਈ ਕਿਹਾ ਗਿਆ ਸੀਗਾ। ਪਰ ਅਰਵਿੰਦ ਖੰਨਾ ਨੇ ਉਹ ਸੰਮਨ ਛੱਡ ਦਿੱਤੇ ਸਨ, ਜਿਸ ਤੋਂ ਬਾਅਦ ਇਹ ਦੂਜਾ ਨੋਟਿਸ 30 ਜਨਵਰੀ ਲਈ ਜਾਰੀ ਕੀਤਾ ਗਿਆ। ਤਾਂ ਈਡੀ ਨੇ ਅਰਵਿੰਦ ਖੰਨਾ ਨੂੰ ਬਹੁਤ ਹੀ ਗੰਭੀਰ ਦੋਸ਼ਾਂ ਤਹਿਤ ਤਲਬ ਕੀਤਾ ਹੈ। ਤਾਂ ਦੱਸ ਦਈਏ ਕਿ ਈਡੀ ਦੇ ਸੂਤਰਾਂ ਨੇ ਇਹ ਵੀ ਕਿਹਾ ਕਿ ਖੰਨਾ ਨੂੰ ਕਥਿਤ ਤੌਰ 'ਤੇ ਐਮਬ੍ਰੇਅਰ ਭ੍ਰਿਸ਼ਟਾਚਾਰ ਦੇ ਮਾਮਲੇ ਨਾਲ ਸੰਬੰਧਿਤ ਜਾਂਚ ਸੰਮਨ ਭੇਜਿਆ ਗਿਆ, ਜਿਸ 'ਚ 2008 'ਚ ਬ੍ਰਾਜ਼ੀਲ ਦੀ ਫਰਮ ਦੇ ਹੱਕ 'ਚ DRDO ਨਾਲ 3 ਜਹਾਜ਼ਾਂ ਦੇ ਸੌਦੇ ਨੂੰ ਬਦਲਣ ਲਈ ਕਥਿਤ $5.76 million ਦੀ ਕਿਕਬੈਕ ਅਦਾ ਕੀਤੀ ਗਈ ਸੀ। ਤਾਂ CBI ਨੇ ਵੀ ਇਸ ਦੇ ਵਿੱਚ ਹੀ ਕਾਰਵਾਈ ਕੀਤੀ ਸੀ। ਤਾਂ ਜਾਣਕਾਰੀ ਅਨੁਸਾਰ ਈਡੀ ਵੱਲੋਂ ਇਸ ਮਾਮਲੇ 'ਚ ਚਾਰਜਸ਼ੀਟ ਵੀ ਦਾਖਲ ਕੀਤੀ ਗਈ ਸੀਗੀ, ਜਿਸ ਦੇ ਚੱਲਦੇ ਹੀ ਦੱਸ ਦਈਏ ਕਿ CBI ਨੇ ਵੀ June 2023 'ਚ ਹਥਿਆਰਾਂ ਦੇ ਡੀਲਰ ਅਰਵਿੰਦ ਖੰਨਾ, ਐਡਵੋਕੇਟ ਗੌਤਮ ਖੇਤਾਨ ਅਤੇ ਕਾਰੋਬਾਰੀ ਅਨੂਪ ਗੁਪਤਾ ਖਿਲਾਫ਼ ਚਾਰਜਸ਼ੀਟ ਦਾਇਰ ਕੀਤੀ ਸੀ। ਤਾਂ ਇਸ ਚਾਰਜਸ਼ੀਟ ਵਿੱਚ ਏਜੰਸੀ ਨੇ IPC ਦੀ ਧਾਰਾ 120B ਜੋੜੀ ਸੀ, ਜੋ ਅਪਰਾਧਿਕ ਸਾਜਿਸ਼ ਨਾਲ ਸੰਬੰਧਿਤ ਰੱਖਦੀ ਹੈ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਉਪਬੰਧਾਂ ਦੀ ਵਰਤੋਂ ਵੀ ਕੀਤੀ ਗਈ ਹੈ। ਅਰਵਿੰਦ ਖੰਨਾ 'ਤੇ ਲੱਗੇ ਇਹ ਦੋਸ਼ ਕਰਕੇ ਵੀ ਗੰਭੀਰ ਦੱਸੇ ਜਾਂਦੇ ਨੇ, ਕਿਉਂਕਿ ਇਸ ਮਾਮਲੇ ਦੇ ਚੱਲਦਿਆਂ ਹੀ ਦੇਸ਼ ਪ੍ਰਤੀ ਭਰੋਸਾ ਯੋਗਤਾ ਨਾਲ ਜੁੜੇ ਹੋਏ ਨੇ। ਕਿਉਂਕਿ ਦੱਸਿਆ ਜਾਂਦਾ ਹੈ ਕਿ BJP ਜਿੱਥੇ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਅਸੀਂ ਦੇਸ਼ ਧਰੋਹ ਨਹੀਂ ਹੈ, ਅਸੀਂ ਦੇਸ਼ ਦੇ ਹੱਕ ਦੇ ਵਿੱਚ ਵੱਡੇ ਵੱਡੇ ਕੰਮ ਕਰਦੇ ਹਾਂ, ਪਰ ਉੱਥੇ ਹੀ BJP ਦੇ ਵੱਡੇ ਲੀਡਰ, BJP ਪੰਜਾਬ ਦੇ ਵੱਡੇ ਲੀਡਰ ਦੇ ਉੱਤੇ ਐਡੇ ਵੱਡੇ ਇਲਜ਼ਾਮ ਲੱਗਣਾ ਕਿਤੇ ਨਾ ਕਿਤੇ ਵੱਡੇ ਸਵਾਲ ਖੜ੍ਹੇ ਕਰ ਦਿੰਦਾ ਹੈ। ਲੋਕਾਂ ਦੇ ਵਿੱਚ ਵੀ ਚਰਚਾ ਦੇਖਣ ਨੂੰ ਮਿਲ ਰਹੀ ਹੈ ਕਿ ਪੰਜਾਬ BJP ਦੇ ਵੱਡੇ ਲੀਡਰ ਦੇ ਉੱਤੇ ਐਡੇ ਵੱਡੇ ਦੋਸ਼ ਲੱਗੇ ਹੋਏ ਨੇ। ED ਵੱਲੋਂ ਤਲਬ ਕੀਤਾ ਗਿਆ ਦੂਸਰੀ ਵਾਰ, ਤਾਂ ਪਹਿਲੀ ਵਾਰ ਜੋ ਤਲਬ ਕੀਤਾ ਗਿਆ ਸੀ ਉਸ ਸਮੇਂ ਪੇਸ਼ ਨਹੀਂ ਹੁੰਦੇ ਨੇ ਅਰਵਿੰਦ ਖੰਨਾ, ਜਿਸ ਤੋਂ ਬਾਅਦ ED ਵੱਲੋਂ ਦੁਬਾਰਾ ਸੰਮਨ ਭੇਜ ਕੇ ਤਲਬ ਕੀਤਾ ਜਾਂਦਾ 30 ਜਨਵਰੀ ਨੂੰ ਪੇਸ਼ ਹੋਣ ਦੇ ਲਈ ਕਿਹਾ ਜਾਂਦਾ ਹੈ। ਤਾਂ ਦੱਸ ਦਈਏ ਕਿ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ ਵੱਡੇ ਦੋਸ਼ ਲਗਾਏ ਗਏ ਨੇ ਇਸ ਦੇ ਨਾਲ ਹੀ ਐਮਬ੍ਰੇਅਰ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਇਹਨਾਂ ਨੂੰ ਸੰਮਨ ਭੇਜਿਆ ਗਿਆ ਸੀ ਪੇਸ਼ ਹੋਣ ਦੇ ਲਈ ਕਿਹਾ ਗਿਆ। ਤਾਂ ਇਸ ਦੇ ਚੱਲਦੇ CBI ਵੱਲੋਂ ਵੀ ਇਸ ਮਾਮਲੇ ਦੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਤਾਂ ਇਸ ਤੋਂ ਬਾਅਦ ED ਵੱਲੋਂ ਵੀ ਇਸ ਮਾਮਲੇ 'ਚ ਕਾਰਵਾਈ ਕੀਤੀ ਗਈ ਸੀ। ਤਾਂ ਲਗਾਤਾਰ ਹੀ ਹੁਣ ਇੱਕ ਵਾਰ ਫਿਰ ਤੋਂ BJP ਦੇ ਲੀਡਰ, ਪੰਜਾਬ ਭਾਜਪਾ ਦੇ ਲੀਡਰ ਅਰਵਿੰਦ ਖੰਨਾ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਨੇ। ਤਾਂ ਤੁਹਾਨੂੰ ਇੱਕ ਵਾਰ ਦੱਸ ਦਈਏ ਕਿ ਲੋਕ ਸਭਾ ਚੋਣਾਂ 'ਚ ਉਮੀਦਵਾਰੀ ਲਈ ਇਹ ਵੀ ਅੜਿੱਕਾ ਬਣ ਸਕਦਾ ਹੈ, ਕਿਉਂਕਿ ਜ਼ਿਕਰਯੋਗ ਹੈ ਕਿ ਅਰਵਿੰਦ ਖੰਨਾ ਆਗਾਮੀ ਲੋਕ ਸਭਾ ਚੋਣਾਂ ਲਈ ਹਲਕਾ ਸੰਗਰੂਰ ਤੋਂ ਭਾਜਪਾ ਦੀ ਟਿਕਟ ਦੇ ਮੁੱਖ ਦਾਅਵੇਦਾਰਾਂ ਵਿੱਚੋਂ ਹਨ। ਪਰ ED ਦੇ ਇਹ ਸੰਮਨ ਖੰਨਾ ਦੀ ਦਾਅਵੇਦਾਰੀ ਵਿੱਚ ਅੜਿੱਕਾ ਬਣ ਸਕਦੇ ਨੇ, ਕਿਉਂਕਿ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਵੱਲੋਂ ਵਤਨ ਪ੍ਰਸਤੀ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਅਰਵਿੰਦ ਖੰਨਾ 'ਤੇ ਲੱਗੇ ਦੋਸ਼ ਇਸ ਦਿਸ਼ਾ ਦੇ ਬਿਲਕੁਲ ਉਲਟ ਜਾਂਦੇ ਨਜ਼ਰ ਆ ਰਹੇ ਨੇ। ਕਿਉਂਕਿ ਦੂਜੇ ਪਾਸੇ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਅਗਲੀਆਂ ਲੋਕ ਸਭਾ ਚੋਣਾਂ 'ਚ ਭ੍ਰਿਸ਼ਟਾਚਾਰ
ਭ੍ਰਿਸ਼ਟਾਚਾਰ ਵਿਰੁੱਧ ਭਗਵੰਤ ਮਾਨ ਦੀ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਨੂੰ ਆਪਣੀਆਂ ਮੁੱਖ ਪ੍ਰਾਪਤੀਆਂ ਵਜੋਂ ਪ੍ਰਚਾਰੇਗੀ। ਪਰ ਉੱਥੇ ਹੀ ਇਸ ਲਈ ਇਹ ਮੰਨਿਆ ਜਾ ਰਿਹਾ ਹੈ ਕਿ ਈਡੀ ਦੇ ਰਾਡਾਰ ਤੇ ਹੁੰਦੇ ਹੋਏ ਅਰਵਿੰਦ ਖੰਨਾ ਆਮ ਆਦਮੀ ਪਾਰਟੀ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰਚਾਰ ਦਾ ਹਿੱਸਾ ਵੀ ਬਣੇ ਰਹਿ ਸਕਦੇ ਨੇ ਅਤੇ ਅਜਿਹੇ ਹਾਲਾਤਾਂ 'ਚ ਅਰਵਿੰਦ ਖੰਨਾ ਦੀ ਟਿਕਟ ਦਾਅਵੇਦਾਰੀ ਨੂੰ ਫਿੱਕਾ ਪਾ ਸਕਦੇ ਨੇ। ਤਾਂ ਦੇਖਣਾ ਹੋਵੇਗਾ ਕਿ ਈਡੀ ਵੱਲੋਂ ਹੋਰ ਕੀ ਐਕਸ਼ਨ ਲਿੱਤਾ ਜਾਂਦਾ ਹੈ। ਭਾਜਪਾ